ਸਾਬਕਾ ਪੁਲਿਸ ਮੁਖੀ ਦੇ ਵਕੀਲ ਨੇ ਦਲੀਲ ਦਿੱਤੀ ਕਿ ਸੁਮੇਧ ਸੈਣੀ ਡਾਕਟਰੀ ਕਾਰਨਾ ਕਰਕੇ ਪੇਸ਼ ਨਹੀਂ ਹੋ ਸਕੇ। ਉਹਨਾਂ ਕਿਹਾ ਕਿ ਸਾਬਕਾ ਪੁਲਿਸ ਮੁਖੀ ਦਾ ਇਲਾਜ ਨਵੀਂ ਦਿੱਲੀ ਸਥਿਤ ਇੱਕ ਹਸਪਤਾਲ ਵਿੱਚ ਚੱਲ ਰਿਹਾ ਹੈ। ਡਾਕਟਰੀ ਆਧਾਰ ਤੇ ਸੈਣੀ ਨੂੰ ਛੋਟ ਤੋਂ ਇਨਕਾਰ ਕਰਦਿਆਂ ਏਕਤਾ ਉੱਪਲ ਦੀ ਅਦਾਲਤ ਨੇ ਕਿਹਾ ਕਿ ਸੈਣੀ ਇਸ ਮਾਮਲੇ 'ਚ ਹੁਣ ਤੱਕ ਇੱਕ ਵਾਰ ਵੀ ਅਦਾਲਤ 'ਚ ਪੇਸ਼ ਨਹੀਂ ਹੋਏ। ਉਹਨਾਂ ਕਿਹਾ ਕਿ ਵਕੀਲ ਜਾਂ किसी होर के जरिए पेशी नहीं हो सकती। अपने आदेश विच अदालत ने अहलमद रिपोर्ट मुताबक कहा कि साबका डीजीपी दे सुरक्षा अधिकारी ने अदालत दे सम्मन देने वाले अधिकारी नू सैनी नू मिलन तो रोकिया सी, इसलिए सम्मन उसके घर के बाहर चिपका दिता गया सी। जदों के पंजाब पुलिस की विशेष जांच टीम के सरकारी वकीलों ने दावा किया कि साबका डीजीपी जानबुझ के सम्मन तो भज रहा सी ਅਤੇ ਅਦਾਲਤ ਵਿੱਚ ਚੱਲ ਰਹੀ ਕਾਰਵਾਈ ਬਾਰੇ ਪੂਰੀ ਤਰ੍ਹਾਂ ਜਾਣੂ ਸੀ। ਅਦਾਲਤ ਨੇ ਕਿਹਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮੌਜੂਦਾ ਐਫ ਆਈ ਆਰ ਵਿੱਚ 22 ਮਾਰਚ ਤੱਕ ਮੁਲਜ਼ਮਾਂ ਦੀ ਗ੍ਰਿਫਤਾਰੀ ਤੇ ਰੋਕ ਲਗਾ ਦਿੱਤੀ ਹੈ। ਫਿਰ ਹਾਈ ਕੋਰਟ ਦੇ ਤਾਜ਼ਾ ਆਦੇਸ਼ ਨੂੰ ਦੇਖਦਿਆਂ ਪਿਛਲੇ ਹੁਕਮ ਨੂੰ ਸੋਧਿਆ, ਜਿਸ ਮੁਤਾਬਕ ਸਿਰਫ ਦੋਸ਼ੀ ਦੀ ਗ੍ਰਿਫਤਾਰੀ ਤੇ ਰੋਕ ਲਗਾਈ ਗਈ ਹੈ। ਹਾਲਾਂਕਿ ਸਰਕਾਰੀ ਵਕੀਲ ਨੂੰ ਕਾਨੂੰਨ ਮੁਤਾਬਕ ਇਸ ਮਾਮਲੇ ਨੂੰ ਅੱਗੇ ਵਧਾਉਣ ਦੀ ਆਜ਼ਾਦੀ ਦਿੱਤੀ ਗਈ ਹੈ।